TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਭਾਜਪਾ ਦੀ ਸ਼ਿਕਾਇਤ 'ਤੇ ਚੋਣ ਕਮਿਸ਼ਨ ਕਿਸਾਨਾਂ ਖਿਲਾਫ ਸਖ਼ਤ, ਕਿਸਾਨਾਂ ਖਿਲਾਫ ਵੱਡੇ ਐਕਸ਼ਨ ਦੀ ਤਿਆਰੀ 'ਚ ਕੇਂਦਰ। ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ਦਾ ਖੜਕਾਇਆ ਦਰਵਾਜ਼ਾ, ਆਰਜ਼ੀ ਰਿਹਾਈ ਦੀ ਕੀਤੀ ਮੰਗ। ਨੇਤਾ ਜੀ ਲੱਡੂ ਖਾ ਕੇ ਤੁਰਦੇ ਬਣੇ। ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਦਾ ਬਰਨਾਲਾ 'ਚ ਅਨੋਖਾ ਵਿਰੋਧ। ED ਨੇ ਕੇਜਰੀਵਾਲ ਨੂੰ ਜ਼ਮਾਨਤ ਦੇਣ ਦਾ ਕੀਤਾ ਵਿਰੋਧ। ਧੁੰਮਾ ਦੇ 5 ਬੱਚੇ ਪੈਦਾ ਕਰਨ ਵਾਲੇ ਬਿਆਨ 'ਤੇ ਭਖਿਆ ਵਿਵਾਦ। ਬੱਚੇ ਪੈਦਾ ਕਰਨ ਵਾਲੀਆਂ ਮਸ਼ੀਨਾਂ ਨਹੀਂ ਹਨ ਔਰਤਾਂ, ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ। ਇਹਦੇ ਤੋਂ ਪਹਿਲਾਂ ਇਹਨਾਂ 'ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ। ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ, ਅਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਭ ਤੋਂ ਪਹਿਲਾਂ ਗੱਲ ਕਰਦਿਆਂ ਭਾਜਪਾ ਅਤੇ ਦੂਸਰੇ ਪਾਸੇ ਕਿਸਾਨ। ਬੀਤੇ ਦਿਨੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਚੋਣ ਕਮਿਸ਼ਨ ਕੋਲ ਗਏ ਸੀ, ਸ਼ਿਕਾਇਤ ਲਾ ਕੇ ਆਏ ਸੀ। ਚੋਣ ਕਮਿਸ਼ਨ ਨੇ ਵੀ ਤੁਰੰਤ ਉਹਦੇ ਉੱਤੇ ਕਾਰਵਾਈ ਪਾ ਦਿੱਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕਿਸਾਨਾਂ ਦੇ ਵੱਲੋਂ ਭਾਜਪਾ ਆਗੂਆਂ ਨੂੰ ਘੇਰਨ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਦੀ ਲਾਈ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਸਖ਼ਤ ਹੋ ਗਿਆ। ਪੰਜਾਬ ਚੋਣ ਕਮਿਸ਼ਨ ਦੇ ਮੁੱਖ ਅਧਿਕਾਰੀ ਨੇ ਸਿਬਨ ਸੀ, ਉਹਨਾਂ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਭਾਵ SSPs ਨੂੰ ਅਤੇ ਸਾਰੇ DCs ਨੂੰ ਨਿਰਦੇਸ਼ ਦੇ ਦਿੱਤੇ ਹੈ ਕਿ ਬਗੈਰ ਆਗਿਆ ਤੋਂ ਕਿਸਾਨਾਂ ਨੂੰ ਇਕੱਠਾ ਹੋਣ ਨਾ ਦਿੱਤਾ ਜਾਵੇ। ਭਾਜਪਾ ਦੇ ਉਮੀਦਵਾਰਾਂ ਨੂੰ ਪ੍ਰਚਾਰ ਕਰਨ ਤੋਂ ਇਹ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਚੋਣ ਕਮਿਸ਼ਨ ਨੇ ਕਿਹਾ ਕਿ ਉਮੀਦਵਾਰਾਂ ਦੇ ਲਈ ਬਰਾਬਰ ਦਾ ਚੋਣ ਪ੍ਰਚਾਰ ਕਰਨ ਦਾ ਮੌਕਾ ਹੋਣਾ ਚਾਹੀਦਾ, ਉਮੀਦਵਾਰਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਵੇ। ਪੰਜਾਬ ਚੋਣ ਕਮਿਸ਼ਨ ਦੇ ਅਧਿਕਾਰੀ ਨੇ ਕਿਹਾ ਕਿ ਸਾਡੇ ਵੱਲੋਂ ਜਿਹੜੇ ਦਿੱਤੇ ਨਿਰਦੇਸ਼ ਨੇ ਉਹਨਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ। ਇਹ ਵੀ ਦੇਖਿਆ ਗਿਆ ਕਿ CRPC ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਦੇ ਬਾਵਜੂਦ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਵੱਲੋਂ ਬਿਨਾਂ ਕਿਸੇ ਆਗਿਆ ਤੋਂ ਇਕੱਠ ਕੀਤਾ ਜਾ ਰਿਹਾ, ਅਤੇ ਇਹ ਤੋਂ ਇਲਾਵਾ ਲਾਊਡ ਸਪੀਕਰਾਂ ਦੀ ਉੱਥੇ ਵਰਤੋਂ ਵੀ ਹੋ ਰਹੀ ਹੈ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਜਿਹੜੀਆਂ ਹਦਾਇਤਾਂ ਤੁਹਾਨੂੰ ਜਾਰੀ ਕੀਤੀਆਂ ਹੋਈਆਂ ਨੇ ਇਹ ਬਹੁਤ ਮਹੱਤਵਪੂਰਨ ਨੇ ਕਿ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਹਨਾਂ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਵੀ ਕੀਤਾ ਜਾਵੇ ਤਾਂ ਜੋ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਦੇ ਵਿੱਚ ਬਰਾਬਰ ਦਾ ਮਾਹੌਲ ਦਿੱਤਾ ਜਾ ਸਕੇ। ਸਿਬਨ ਸੀ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਉਹ ਇਹਨਾਂ ਨਿਰਦੇਸ਼ਾਂ ਨੂੰ ਸਹੀ ਅਰਥਾਂ ਦੇ ਵਿੱਚ ਲਾਗੂ ਕਰਨ ਨੂੰ ਯਕੀਨੀ ਬਣਾਉਣ, ਅਤੇ ਜੇਕਰ ਚੋਣ ਪ੍ਰਚਾਰ ਦੇ ਵਿੱਚ ਵਿਘਨ ਪਾਉਣ ਦੀ ਕੋਈ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਗੰਭੀਰਤਾ ਨਾਲ ਲੈਂਦਿਆਂ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਜਾਵੇ। ਤੁਹਾਨੂੰ ਯਾਦ ਕਰਵਾ ਦਿਆਂ ਕਿ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ 3 ਦਿਨ ਪਹਿਲਾਂ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਸੀ ਅਤੇ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ, ਉਹਨਾਂ ਨੂੰ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ, ਇਹ ਸ਼ਿਕਾਇਤਾਂ ਦਿੱਤੀਆਂ ਸੀ। ਜਾਖੜ ਨੇ ਕਿਹਾ ਸੀ ਕਿ ਕਿਸਾਨ ਸਾਨੂੰ ਆਪਣਾ ਪ੍ਰੋਗਰਾਮ ਲੋਕਾਂ ਤੱਕ ਪੁੱਜਦਾ ਨਹੀਂ ਕਰਨ ਦੇ ਰਹੇ, ਸਾਨੂੰ ਰੋਕ ਰਹੇ ਨੇ, ਇਹ ਲੋਕਤੰਤਰ ਵਾਸਤੇ ਠੀਕ ਨਹੀਂ। ਪਰ ਸਵਾਲ ਇਹ ਹੈ ਕਿ ਕੀ ਕਿਸਾਨਾਂ ਨੂੰ ਰੋਕਿਆ ਜਾਣਾ ਲੋਕਤੰਤਰ ਦੇ ਹੱਕ 'ਚ ਸੀ?
ਜਿਸ ਗੱਲ ਦਾ ਮੁੱਖ ਚੋਣ ਅਧਿਕਾਰੀ ਪੰਜਾਬ ਸਿਬਨ ਸੀ ਆਖ ਰਹੇ ਨੇ ਕਿ ਉਹਨਾਂ ਨੂੰ ਚੋਣ ਪ੍ਰਚਾਰ ਕਰਦਿਆਂ ਨੂੰ ਕੋਈ ਇਸ ਤਰ੍ਹਾਂ ਦੀ ਘਟਨਾ ਦਾ ਸ਼ਿਕਾਰ ਨਾ ਹੋਣਾ ਪਵੇ, ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਹਾਲੇ ਤੱਕ ਪੰਜਾਬ ਦੇ ਵਿੱਚ ਕਿਸੇ ਵੀ ਉਮੀਦਵਾਰ ਜਾਂ ਉਚੇਚੇ ਤੌਰ 'ਤੇ ਭਾਜਪਾ ਦਾ ਜ਼ਿਕਰ ਹੋ ਰਿਹਾ, ਕਿਸੇ ਵੀ ਭਾਜਪਾ ਆਗੂ ਦੇ ਨਾਲ ਦੁਰਵਰਤਾਓ ਨਹੀਂ ਕੀਤਾ ਗਿਆ, ਸਿਰਫ ਸਵਾਲ ਪੁੱਛੇ ਜਾ ਰਹੇ ਨੇ। ਦੂਸਰੇ ਪਾਸੇ ਇਸੇ ਮਸਲੇ ਨੂੰ ਲੈ ਕੇ ਕਿਸਾਨ ਆਗੂ ਸਰਵਣ ਪੰਧੇਰ ਵੀ ਸਾਹਮਣੇ ਆਏ ਨੇ। ਉਹਨਾਂ ਨੇ ਦੋਸ਼ ਲਾਏ ਨੇ ਕਿ ਚੋਣ ਕਮਿਸ਼ਨ ਦੱਸੋ ਕਿੱਥੇ ਨਿਰਪੱਖ ਹੈ। ਉਹਨਾਂ ਨੇ ਕਿਹਾ ਕਿ ਅਸੀਂ ਤਾਂ ਸਿਰਫ ਸਵਾਲ ਹੀ ਕਰਨਾ ਚਾਹੁੰਦੇ ਹਾਂ ਅਤੇ ਭਾਜਪਾ ਦੇ ਉਮੀਦਵਾਰਾਂ ਤੋਂ ਜਵਾਬ ਮੰਗਦੇ ਹਾਂ, ਉਹ ਸਾਡੇ ਕੀ ਜਵਾਬ ਨਹੀਂ ਦੇ ਸਕਦੇ। ਫਿਰ ਉਹਨਾਂ ਨੇ ਕਿਹਾ ਕਿ ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਹੈ ਪਰਨੀਤ ਕੌਰ, ਉਹ ਚੋਣ ਪ੍ਰਚਾਰ ਕਰਨ ਵਾਸਤੇ ਪਿੰਡ ਸਿਹਰੇ ਗਏ ਸੀ, ਉੱਥੇ ਸਾਡੇ ਇੱਕ ਵਿਅਕਤੀ ਦੀ ਮੌਤ ਹੋ ਗਈ, ਕਿਸਾਨ ਦੀ ਮੌਤ ਹੋ ਗਈ। ਅਸਲ ਦੇ ਵਿੱਚ ਕਿ ਕਿਸੇ ਦਾ ਕੋਈ ਵਿਰੋਧ ਨਾ ਕੀਤਾ ਜਾ ਸਕੇ, ਸਵਾਲ ਨਾ ਪੁੱਛੇ ਜਾ ਸਕਣ, ਉਹ ਕਹਿੰਦੇ ਸੁਨੀਲ ਜਾਖੜ ਨੇ ਇਹ ਨਵਾਂ ਦਾਅ ਖੇਡ ਦਿੱਤਾ। ਦੂਸਰੇ ਪਾਸੇ ਇਸ ਖਬਰ ਦੇ ਨਾਲ ਹੀ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਵੀ ਚੋਣ ਕਮਿਸ਼ਨ ਦੇ ਸਾਹਮਣੇ ਆਪਣੀ ਗੱਲ ਰੱਖ ਦਿੱਤੀ ਹੈ। ਬਲਵੀਰ ਸਿੰਘ ਰਾਜੇਵਾਲ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਸਿਆਸੀ ਆਗੂ ਆਪਣੇ ਨਾਲ ਗੁੰਡੇ ਲੈ ਕੇ ਚੱਲ ਰਹੇ ਹੈ, ਉਹਨਾਂ ਦੇ ਵਰਕਰ ਸ਼ਾਂਤੀ ਦੇ ਨਾਲ ਭਾਵ ਕਿਸਾਨ ਨੇ ਜਿਹੜੇ ਉਹ ਤਾਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ, ਪਰ ਉਹਨਾਂ ਦੇ ਗੁੰਡੇ ਕਿਸਾਨਾਂ ਨਾਲ ਹੱਥੋਂ ਪਾਈ ਕਰ ਰਹੇ ਨੇ। ਰਾਜੇਵਾਲ ਨੇ ਕਿਹਾ ਕਿ ਆਗੂਆਂ ਤੋਂ ਸਵਾਲ ਪੁੱਛਣਾ ਸਾਡਾ ਵੀ ਲੋਕਤੰਤਰੀ ਅਧਿਕਾਰ ਹੈ। ਭਾਜਪਾ ਦੇ ਲੀਡਰ ਕਿਸਾਨ ਆਗੂਆਂ 'ਤੇ ਗਲਤ ਇਲਜ਼ਾਮ ਲਾ ਰਹੇ ਨੇ। ਅਸੀਂ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਜੇਕਰ ਸਾਡਾ ਕੋਈ ਵੀ ਸਾਥੀ ਹਿੰਸਕ ਹੋਇਆ ਅਸੀਂ ਆਪ ਉਹਦੇ ਖਿਲਾਫ਼ ਕਾਰਵਾਈ ਕਰਾਂਗੇ, ਪਰ ਭਾਜਪਾ ਦੇ ਉਮੀਦਵਾਰਾਂ ਨੂੰ ਸਵਾਲ ਕਰਨਾ ਸਾਡਾ ਜਮਹੂਰੀ ਹੱਕ ਹੈ, ਲੋਕਤੰਤਰਿਕ ਹੱਕ ਹੈ, ਅਤੇ ਉਹਨਾਂ ਨੂੰ ਸਾਡੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਇੱਥੇ ਹੀ ਨਹੀਂ ਗੱਲ, ਕਿਸਾਨਾਂ ਦੇ ਖਿਲਾਫ਼ ਇੱਕ ਹੋਰ ਵੱਡੇ ਐਕਸ਼ਨ ਦੀ ਤਿਆਰੀ 'ਚ ਵੀ ਹੈ ਜੀ ਕੇਂਦਰ। ਪਰਾਲੀ ਸਾੜਨ ਤੋਂ ਕਿਸਾਨ ਵੀ ਬਹੁਤੇ ਹਟਦੇ ਨਹੀਂ। ਜਾਣਕਾਰੀ ਮਿਲ ਰਹੀ ਹੈ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਕੇਂਦਰ ਸਰਕਾਰ ਹੁਣ ਸਖ਼ਤ ਫੈਸਲਾ ਲਊਗੀ, ਸਖ਼ਤ ਐਕਸ਼ਨ, ਸਖ਼ਤ ਕਦਮ ਚੁੱਕੇਗੀ। ਮਿਲੀ ਜਾਣਕਾਰੀ ਦੇ ਅਨੁਸਾਰ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਤੋਂ ਰੋਕਣ ਦੇ ਵਾਸਤੇ ਸਖ਼ਤ ਦਿਸ਼ਾ ਨਿਰਦੇਸ਼ ਚਾੜਨੇ ਸ਼ੁਰੂ ਕਰ ਦਿੱਤੇ ਹੈ ਕਿ ਜਿਹੜੇ ਕਿਸਾਨ ਪਰਾਲੀ ਸਾੜਨਗੇ ਉਹਨਾਂ ਨੂੰ MSP ਨਾ ਦਿੱਤੀ ਜਾਵੇ। ਇਹ ਨਿਯਮ ਇਹ ਵੀ ਦੱਸਿਆ ਜਾ ਰਿਹਾ ਕਿ ਇਸੇ ਸੀਜ਼ਨ ਤੋਂ ਇਸੇ ਸਾਲ ਤੋਂ ਸ਼ੁਰੂ ਹੋ ਜਾਣਗੇ। ਕੇਂਦਰ ਸਰਕਾਰ ਨੇ ਸੂਬਿਆਂ ਨੂੰ ਇਹ ਨਿਰਦੇਸ਼ ਸੁਪਰੀਮ ਕੋਰਟ ਦੀ ਕਮੇਟੀ ਦੀ ਸਿਫਾਰਸ਼ ਦੇ ਮੱਦੇਨਜ਼ਰ ਦਿੱਤੇ ਹੈ। ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਦੇ ਸਕੱਤਰਾਂ ਨੂੰ ਕੇਂਦਰ ਸਰਕਾਰ ਨੇ ਨਿਰਦੇਸ਼ ਦਿੱਤੇ ਹੈ ਕਿ ਇਸਰੋ ਦੀ ਮਦਦ ਦੇ ਨਾਲ ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਪਛਾਣ ਕੀਤੀ ਜਾਵੇ। ਸਕੱਤਰਾਂ ਦੀ ਕਮੇਟੀ ਮੁਤਾਬਕ ਪੰਜਾਬ ਨੂੰ ਇਹਨਾਂ ਨਿਯਮਾਂ ਦਾ ਪਾਲਣਾ ਕਰਨਾ ਪਏਗਾ। ਕਮੇਟੀ ਨੇ ਖਾਦ ਮੰਤਰਾਲੇ ਨੂੰ ਇਹਨੂੰ ਲਾਗੂ ਕਰਵਾਉਣ ਦੇ ਲਈ ਨਿਯਮ ਤਿਆਰ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਹੈ। ਕਿਸਾਨਾਂ ਦੇ ਜ਼ਮੀਨ ਰਿਕਾਰਡ ਦੇ ਅੰਦਰ ਪਰਾਲੀ ਸਾੜਨ ਦੀ ਘਟਨਾ ਦਰਜ ਕੀਤੀ ਜਾਏਗੀ। ਅਤੇ ਪਿਛਲੇ ਸਾਲ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਸੁਪਰੀਮ ਕੋਰਟ ਨੇ ਪ੍ਰਦੂਸ਼ਣ 'ਤੇ ਸੁਣਵਾਈ ਦੇ ਦੌਰਾਨ ਟਿੱਪਣੀ ਕਰਦੇ ਹੋਏ ਪਰਾਲੀ ਸਾੜਨ ਵਾਲੇ ਕਿਸਾਨਾਂ ਦੀ MSP ਬੰਦ ਕਰਨ ਦੀ ਇੱਕ ਟਿੱਪਣੀ ਕਰ ਦਿੱਤੀ ਸੀ। ਜਸਟਿਸ ਸੰਜੇ ਕਿਸ਼ਨ ਕੌਲ ਅਤੇ ਸੁਧਾਂਸ਼ੂ ਦੁਲੀਆ ਨੇ ਕਿਹਾ ਕਿ ਇਹ ਲੋਕਾਂ ਦੀ ਸਿਹਤ ਨਾਲ ਕੀਤਾ ਗਿਆ ਕਤਲ ਵਰਗਾ, ਅਸੀਂ ਇਹਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੇ। ਹਰ ਸਾਲ ਨਵੰਬਰ ਜਾਂ ਅਕਤੂਬਰ ਮਹੀਨੇ ਦੇ ਵਿੱਚ ਜਦੋਂ ਝੋਨੇ ਦੀ ਫਸਲ ਦੀ ਵਾਢੀ ਹੁੰਦੀ ਹੈ ਤਾਂ ਪਰਾਲੀ ਸਾੜੀ ਜਾਂਦੀ ਹੈ, ਜਿਸ ਦੀ ਵਜ੍ਹਾ ਦੇ ਕਾਰਨ ਦਿੱਲੀ ਵਿੱਚ ਵੀ ਪ੍ਰਦੂਸ਼ਣ ਵੱਧ ਜਾਂਦਾ ਹੈ ਅਤੇ ਇਹਦਾ ਇਲਜ਼ਾਮ ਪੰਜਾਬ ਅਤੇ ਹਰਿਆਣੇ 'ਤੇ ਵੀ ਲੱਗਦਾ। ਲੰਬੇ ਸਮੇਂ ਤੋਂ ਸੁਪਰੀਮ ਕੋਰਟ ਇਹਦੇ 'ਤੇ ਸੁਣਵਾਈ ਕਰਦਾ ਆ ਰਿਹਾ, ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਨਿਰਦੇਸ਼ ਵੀ ਦਿੰਦਾ ਆ ਰਿਹਾ, ਜਦਕਿ ਕਿਸਾਨ ਇਹਦੇ ਉੱਤੇ ਇਹ ਕਹਿੰਦੇ ਨੇ ਕਿ ਪਰਾਲੀ ਸ਼ੌਕ ਨਾਲ ਨਹੀਂ
ਉਹ ਮਜਬੂਰੀ ਨਾਲ ਸਾੜ ਰਹੇ ਨੇ। ਸੂਬਾ ਸਰਕਾਰ ਜੇਕਰ ਸਾਨੂੰ ਆਰਥਿਕ ਮਦਦ ਦੇਵੇ ਤਾਂ ਅਸੀਂ ਇਹ ਨਹੀਂ ਸਾੜਾਂਗੇ। ਇਹ ਤਾਂ ਗੱਲ ਪਰਾਲੀ ਦੀ ਹੈ। ਆ ਬੀਤੇ ਦਿਨੀ ਕਣਕ ਦੇ ਨਾੜ ਨੇ ਵੀ ਕਈ ਅਣਸੁਖਾਵੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਕਈਆਂ ਥਾਵਾਂ 'ਤੇ ਪਰਿਵਾਰ ਅਤੇ ਕਈਆਂ ਥਾਵਾਂ 'ਤੇ ਕਿਸੇ ਦੀਆਂ ਬੱਕਰੀਆਂ ਅਤੇ ਭੇਡਾਂ ਵੀ ਸੜੀਆਂ ਨੇ। ਅਤੇ ਹੁਣ ਗੱਲ ਕਰਦੇ ਹਾਂ ਅੰਮ੍ਰਿਤਪਾਲ ਸਿੰਘ ਦੀ। ਖਬਰ ਮਿਲ ਰਹੀ ਹੈ ਕਿ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਹੈ। ਅਸਲ ਦੇ ਵਿੱਚ ਅੰਮ੍ਰਿਤਪਾਲ ਸਿੰਘ ਇਸ ਵਕਤ NSA ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਬੀਤੇ ਦਿਨੀ ਕਿ ਉਹ ਸ਼੍ਰੀ ਖਡੂਰ ਸਾਹਿਬ ਤੋਂ ਚੋਣ ਲੜਨਗੇ ਅਤੇ ਇਹਨੂੰ ਪੰਥਕ ਹਲਕਾ ਆਖਿਆ ਜਾਂਦਾ। ਹੁਣ ਨਾਮਜ਼ਦਗੀ ਤਾਂ ਉਹਨਾਂ ਨੂੰ ਆ ਕੇ ਭਰਨੀ ਪਏਗੀ। ਸੋ ਫਿਰ ਇਸ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਦਾਖਲ ਕਰਨ ਦੇ ਵਾਸਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਨਾਮਜ਼ਦਗੀ ਦੀਆਂ ਰਸਮਾਂ ਪੂਰੀਆਂ ਕਰਨ ਦੇ ਵਾਸਤੇ 7 ਦਿਨਾਂ ਦੀ ਆਰਜ਼ੀ ਰਿਹਾਈ ਦੀ ਆਗਿਆ ਮੰਗੀ ਹੈ। ਜੇਲ੍ਹ ਦੇ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਦੀ ਚੋਣ ਲੜਨ ਦੇ ਵਾਸਤੇ ਐਲਾਨ ਕਰ ਚੁੱਕੇ ਹੈ। ਇਹਦੇ ਲਈ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਨਾਮਜ਼ਦਗੀ ਪ੍ਰਕਿਰਿਆ ਮੁਕੰਮਲ ਕਰਨ ਵਾਸਤੇ ਇਹ ਆਰਜ਼ੀ ਰਿਹਾਈ ਦੀ ਇਸ ਵਕਤ ਮੰਗ ਕਰ ਰਹੇ ਹੈ। ਹੁਣ ਦੇਖਣਾ ਹੋਏਗਾ ਕਿ ਉਹਨਾਂ ਨੂੰ ਇਹ ਰਿਹਾਈ ਦਿੱਤੀ ਜਾਂਦੀ ਹੈ ਜਾਂ ਫਿਰ ਨਹੀਂ। ਅਤੇ ਅਗਲੀ ਖਬਰ, ਰਵਨੀਤ ਬਿੱਟੂ ਇੱਕ ਨਵਾਂ ਦਾਅ ਤੇ ਪੱਤਾ ਖੇਡ ਰਿਹਾ ਹੈ। ਜਜ਼ਬਾਤੀ ਪੱਤੇ ਆ ਦਰਅਸਲ ਇਹ ਸਾਰੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਉਹ ਪੋਤਰੇ ਹੈ। ਬੇਅੰਤ ਸਿੰਘ ਅਤੇ ਉਹਨਾਂ ਦਾ ਪਰਿਵਾਰ ਕਾਂਗਰਸੀ, ਰਵਨੀਤ ਬਿੱਟੂ ਵੀ ਕਾਂਗਰਸੀ ਤੋਂ ਹੁਣ ਭਾਗਵਾਂ ਰੰਗ ਵਿੱਚ ਰੰਗੇ ਜਾ ਚੁੱਕੇ ਹੈ ਅਤੇ ਇਸ ਵਕਤ ਉਹ ਲੁਧਿਆਣਾ ਤੋਂ ਭਾਜਪਾ ਦੀ ਟਿਕਟ 'ਤੇ ਹੀ ਚੋਣ ਲੜ ਰਹੇ ਨੇ। ਅਤੇ 10 ਮਈ ਵਾਲੇ ਦਿਨ ਭਾਵ ਅੱਜ ਉਹ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਅਤੇ ਉਹ ਕਹਿੰਦੇ ਮੈਂ ਇਸ ਮੌਕੇ ਨੂੰ ਯਾਦਗਾਰੀ ਮੌਕਾ ਬਣਾਉਣਾ ਚਾਹੁੰਦਾ। ਰਵਨੀਤ ਬਿੱਟੂ ਨੇ ਆਪਣੇ ਦਾਦਾ ਬੇਅੰਤ ਸਿੰਘ ਦੀ ਜਿਹੜੀ ਅੰਬੈਸਡਰ ਕਾਰ ਸੀ PV10X1919, ਉਹ ਕਹਿੰਦੇ ਮੈਂ ਫੈਸਲਾ ਕੀਤਾ ਕਿ ਉਹਦੇ ਵਿੱਚ ਨਾਮਜ਼ਦਗੀ ਪੇਪਰ ਦਾਖਲ ਕਰਨ ਜਾਵਾਂਗਾ। ਬਿੱਟੂ ਨੇ ਕਿਹਾ ਕਿ ਉਹ ਅਤੇ ਉਹਦੇ ਪਰਿਵਾਰ ਦਾ ਇਸ ਅੰਬੈਸਡਰ ਕਾਰ ਦੇ ਨਾਲ ਭਾਵਨਾਤਮਕ ਰਿਸ਼ਤਾ ਹੈ, ਜਿਸ ਦੇ ਵਿੱਚ ਉਹਨਾਂ ਦੇ ਦਾਦਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ। ਖਾੜਕੂਵਾਦ ਦੇ ਦਿਨਾਂ ਦੇ ਦੌਰਾਨ ਪੰਜਾਬ ਭਰ ਦੇ ਵਿੱਚ ਇਹਦੇ ਰਾਹੀਂ ਉਹਨਾਂ ਨੇ ਲੱਖਾਂ ਕਿਲੋਮੀਟਰ ਦਾ ਸਫ਼ਰ ਵੀ ਤੈਅ ਕੀਤਾ। ਉਹ ਕਹਿੰਦੇ ਮੇਰੇ ਕੋਲ ਉਸ ਸਮੇਂ ਦੀ ਮਹਾਨ ਰਾਜਨੀਤਿਕ ਸ਼ਖਸੀਅਤ ਦੀ ਇਹ ਵਿਰਾਸਤ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਕਾਰ ਦੀ ਸਾਂਭ ਸੰਭਾਲ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਸਾਰਾ ਪਰਿਵਾਰ ਬੇਅੰਤ ਸਿੰਘ ਦੀਆਂ ਪ੍ਰਾਪਤੀਆਂ ਅਤੇ ਕੁਰਬਾਨੀ 'ਤੇ ਮਾਣ ਵੀ ਮਹਿਸੂਸ ਕਰਦਾ। ਉਹਨਾਂ ਨੇ ਕਿਹਾ ਕਿ ਜਦੋਂ ਵੀ ਉਹਨਾਂ ਨੂੰ ਬੇਅੰਤ ਸਿੰਘ ਦੇ ਆਸ਼ੀਰਵਾਦ ਦੀ ਲੋੜ ਹੁੰਦੀ ਹੈ ਤਾਂ ਫਿਰ ਉਸ ਵਕਤ ਉਹ ਇਸ ਕਾਰ ਦੀ ਵਰਤੋਂ ਕਰਦੇ ਨੇ। ਇਸ ਕਰਕੇ ਮੈਂ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਆਪਣੇ ਦਾਦਾ ਜੀ ਦੀ ਮੌਜੂਦਗੀ ਨੂੰ ਮਹਿਸੂਸ ਕਰਾਂਗਾ। ਉਹਨੇ ਕਿਹਾ ਕਿ ਮੈਂ ਇਸ ਕਾਰ ਦੀ ਹੀ ਵਰਤੋਂ ਕਰੇਗਾ ਜਦੋਂ ਪੇਪਰ ਭਰਨ ਜਾਵਾਂਗਾ। ਅਤੇ ਨਾਲ ਉਹਨਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਪਹੁੰਚਣ ਤੋਂ ਪਹਿਲਾਂ ਉਹ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਦੁਰਗਾ ਮਾਤਾ ਮੰਦਿਰ ਦੇ ਵਿੱਚ ਮੱਥਾ ਟੇਕਣਗੇ ਅਤੇ ਫਿਰ ਪੇਪਰ ਭਰਨਗੇ। ਇੱਥੇ ਮੈਂ ਇਹ ਵੀ ਦੱਸਦਿਆਂ ਕਿ ਰਵਨੀਤ ਬਿੱਟੂ ਦੇ ਵੱਲੋਂ ਪੋਸਟਰਾਂ ਦੇ ਉੱਤੇ ਆਪਣੇ ਦਾਦਾ ਬੇਅੰਤ ਸਿੰਘ ਦੀ ਫੋਟੋ ਲਾਉਣ ਤੋਂ ਬਾਅਦ ਕਾਂਗਰਸ ਪਾਰਟੀ ਨੇ ਡਾਢਾ ਇਤਰਾਜ਼ ਪ੍ਰਗਟਾਇਆ ਸੀ। ਕੱਲ੍ਹ ਵੀ ਰਵਨੀਤ ਬਿੱਟੂ ਨੇ ਇਹਦੇ ਉੱਤੇ ਫਿਰ ਸਿਆਸੀ ਤੰਜ ਕੱਸਿਆ ਸੀ ਕਿ ਇਸ ਬੰਦੇ ਦਾ ਕੋਈ ਸਟੈਂਡ ਹੀ ਨਹੀਂ, ਇਹਨੇ ਆਪਣੀ ਸਿਆਸੀ ਖੁਦਕੁਸ਼ੀ ਕਰ ਲਈ ਹੈ। ਕਦੇ ਇਹ ਆਪਣੇ ਦਾਦੇ ਦੀ ਫੋਟੋ ਲਾ ਦਿੰਦਾ ਅਤੇ ਕਦੇ ਲਾ ਦਿੰਦਾ। ਉਹ ਕਹਿੰਦੇ ਅਸਲ ਦੇ ਵਿੱਚ ਇਹ ਆਪਣੇ ਦਾਦੇ ਦੀ ਚਿੱਟੀ ਪੱਗ 'ਤੇ ਦਾਗ ਲਾ ਰਿਹਾ। ਉਹ ਕਹਿੰਦੇ ਹੁਣ ਇਹਨੂੰ ਕਿਸੇ ਨੇ ਸਲਾਹ ਦਿੱਤੀ ਹੋਣੀ ਹੈ ਕਿ ਫੋਟੋ ਲਾ ਦੇ, ਪਹਿਲਾਂ ਸਲਾਹ ਦਿੱਤੀ ਹੋਣੀ ਹੈ ਫੋਟੋ ਲਾ ਦੇ। ਕਹਿੰਦੇ ਲਾਈ ਤਾਂ ਸੀ ਕਿ ਕਾਂਗਰਸ ਦੀ ਵੋਟ ਮਿਲ ਸਕੇ, ਕਹਿੰਦੇ ਹੁਣ ਲਾਹੀ ਤਾਂ ਇਹ ਕਿਸੇ ਨੇ ਸਲਾਹ ਦਿੱਤੀ ਹੋਣੀ ਹੈ ਕਿ ਲੋਕ ਭਾਈ ਜਿਹਨੂੰ ਚੇਤਾ ਵੀ ਨਹੀਂ
ਕਿ ਇਹ ਕਾਂਗਰਸ ਛੱਡ ਕੇ ਭਾਜਪਾ 'ਚ ਗਿਆ, ਉਹਨੂੰ ਵੀ ਇਹ ਲਾਈ ਹੋਈ ਫੋਟੋ ਯਾਦ ਦਿਵਾ ਰਹੀ ਹੈ ਕਿ ਰਵਨੀਤ ਬਿੱਟੂ ਨੇ ਭਾਜਪਾ 'ਚ ਜਾ ਕੇ ਕਾਂਗਰਸ ਨਾਲ ਗਦਾਰੀ ਕੀਤੀ ਹੈ, ਕਹਿੰਦੇ ਹੁਣ ਆਪਣੇ ਦਾਦੇ ਦੀ ਫੋਟੋ ਇਹਨੇ ਲਾ ਦਿੱਤੀ ਹੈ। ਅਤੇ ਆਹ ਸੁਖਬੀਰ ਬਾਦਲ ਸਾਹਿਬ ਜਦੋਂ ਬਰਨਾਲੇ ਪਹੁੰਚੇ ਅਨੋਖਾ ਵਿਰੋਧ ਹੋਇਆ, ਕਿਸੇ ਨੂੰ ਗੱਲ ਤੱਕ ਨਹੀਂ ਆਈ, ਨੀਵੀਆਂ ਪਾ ਕੇ ਅੱਗੇ ਤੁਰਦੇ ਬਣੇ। ਜਾਣਕਾਰੀ ਮਿਲੀ ਹੈ ਕਿ ਸੁਖਬੀਰ ਬਾਦਲ ਦੀ ਯਾਤਰਾ ਪੰਜਾਬ ਬਚਾਓ ਜਦੋਂ ਬਰਨਾਲੇ ਪਹੁੰਚੀ, ਬਰਨਾਲੇ ਪਹੁੰਚਣ 'ਤੇ ਇੱਕ ਦੁਕਾਨਦਾਰ ਜਿਹੜਾ ਕਿ ਹਲਵਾਈ ਦੀ ਦੁਕਾਨ ਕਰਦਾ, ਉਹਦੇ ਵੱਲੋਂ ਇਸ ਕਾਫਲੇ ਦੇ ਅੱਗੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਪਰ ਅਨੋਖੇ ਢੰਗ ਦਾ ਸੀ। ਬਰਨਾਲਾ ਰੇਲਵੇ ਸਟੇਸ਼ਨ 'ਤੇ ਕ੍ਰਿਸ਼ਨ ਸਵੀਟਸ ਰਾਮਪੁਰੇ ਵਾਲਿਆਂ ਦੀ ਇੱਕ ਦੁਕਾਨ ਹੈ, ਉਸ ਦੁਕਾਨ ਦੇ ਮਾਲਕ ਨੇ ਕਰਨ ਮੰਗਲਾਂ, ਜਦੋਂ ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਦੀ ਉਹ ਰੈਲੀ ਕਹੋ, ਉਹ ਕਾਫਲਾ ਕਹੋ, ਉਹ ਉੱਥੇ ਪਹੁੰਚੀ ਤਾਂ ਫਿਰ ਇਸ ਹਲਵਾਈ ਨੇ ਆਪਣੇ ਸਾਥੀਆਂ ਸਮੇਤ ਇਹਨਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਉਹਨਾਂ ਨੇ ਦੱਸਿਆ ਕਿ ਬੀਤੀਆਂ ਵਿਧਾਨ ਸਭਾ ਚੋਣਾਂ 2 ਸਾਲ ਤੋਂ ਉੱਪਰ ਦਾ ਸਮਾਂ ਲੰਘ ਚੁੱਕਿਆ, ਉਹਨਾਂ ਦੀ ਦੁਕਾਨ ਤੋਂ ਲਗਭਗ 2.5 ਲੱਖ ਰੁਪਏ ਦੇ ਲੱਡੂ ਖਰੀਦੇ ਸੀ ਤੁਸੀਂ, ਹਾਲੇ ਤੱਕ ਇੱਕ ਧੇਲਾ ਉਹਨਾਂ ਦੇ ਹੱਥ 'ਤੇ ਨਹੀਂ ਰੱਖਿਆ। ਇਹ ਰਕਮ ਨਾ ਮਿਲਣ ਕਾਰਨ ਉਹਨਾਂ ਦੇ ਹੱਥ ਵਿੱਚ ਬੈਨਰ ਫੜੇ ਹੋਏ ਸੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਅਤੇ ਇੱਕ ਹੋਰ ਅਕਾਲੀ ਦਲ 'ਚ ਰਹੇ ਆਗੂ ਦੀਆਂ ਤਸਵੀਰਾਂ ਸਮੇਤ ਸੁਖਬੀਰ ਬਾਦਲ ਦੀ ਤਸਵੀਰ ਵੀ ਇਸ ਬੈਨਰ ਦੇ ਉੱਤੇ ਲੱਗੀ ਹੋਈ ਸੀ ਅਤੇ ਆਪਣੇ ਦੁੱਖੜੇ ਉਹ ਬਿਆਨ ਕਰ ਰਹੇ ਸੀ। ਅਤੇ ਸੁਖਬੀਰ ਬਾਦਲ ਤੋਂ ਜਿਹੜੇ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਪਿਛਲੇ ਬਕਾਏ ਦੀ ਉਹ ਮੰਗ ਕਰ ਰਹੇ ਸੀ। ਉਹਨਾਂ ਨੇ ਆਖਿਆ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਅੱਜ ਤੁਸੀਂ ਆ ਗਏ ਹੋ ਅਕਾਲੀ ਉਮੀਦਵਾਰ ਐਡਵੋਕੇਟ ਇਕਬਾਲ ਸਿੰਘ ਝੂੰਦਾ ਦਾ ਪ੍ਰਚਾਰ ਕਰਨ। ਇਕਬਾਲ ਸਿੰਘ ਝੂੰਦਾ ਵੀ ਉਸ ਵਕਤ ਨਾਲ ਸੀ। ਇਹਦੇ ਤੋਂ ਇਲਾਵਾ ਨਗਰ ਕੌਂਸਲ ਅਤੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਰਹੇ ਸੰਜੀਵ ਸ਼ੋਰੀ ਵੀ ਉਹਨਾਂ ਦੇ ਨਾਲ ਬੈਠੇ ਸੀ। ਜਦ ਉਹਨਾਂ ਨੇ ਸੰਜੀਵ ਸ਼ੋਰੀ ਵੱਲ ਉਂਗਲ ਕਰਦਿਆਂ ਹੱਥ 'ਚ ਬੈਨਰ ਫੜ ਕੇ ਇਸ ਗੱਲ ਕਰਕੇ ਪ੍ਰਦਰਸ਼ਨ ਕੀਤਾ ਕਿ ਸਾਨੂੰ ਸਾਡੇ ਲੱਡੂਆਂ ਦੇ ਪੈਸੇ ਤਾਂ ਦੇ ਦਿਓ, ਹੋਰ ਤਾਂ ਤੁਸੀਂ ਕੀ ਦੇਣਾ, ਤਾਂ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜ ਰਹੇ ਅਕਾਲੀ ਉਮੀਦਵਾਰ ਇਕਬਾਲ ਸਿੰਘ ਝੂੰਦਾ ਦੇ ਹੱਥ ਵਿੱਚ ਫੜੀ ਜਿਹੜੀ ਮਿਲਕ ਬਦਾਮ ਵਾਲੀ ਬੋਤਲ ਸੀ ਉਹਦਾ ਘੁੱਟ ਤਾਂ ਭਰ ਬੈਠੇ, ਪਰ ਗਲੇ ਦੇ ਅੱਗੇ ਲੰਘ ਨਹੀਂ ਸੀ ਰਹੀ। ਅਤੇ ਪਾਰਟੀ ਪ੍ਰਧਾਨ ਦੇ ਪਿੱਛੇ ਸਾਬਕਾ ਨਗਰ ਕੌਂਸਲ ਪ੍ਰਧਾਨ ਸੰਜੀਵ ਸ਼ੋਰੀ, ਉਹ ਵੀ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੇ ਹੱਥ ਵਿੱਚ ਫੜੇ ਬੈਨਰ 'ਤੇ ਆਪਣੀ ਲੱਗੀ ਹੋਈ ਫੋਟੋ ਵੇਖ ਕੇ, ਉਹ ਤਸਵੀਰ ਦੇਖ ਕੇ ਹੱਕੇ ਬੱਕੇ ਰਹਿ ਗਏ। ਭਾਵੇਂ ਅਕਾਲੀ ਦਲ ਦੇ ਕਿਸੇ ਵੀ ਆਗੂ ਕੋਲ ਇਸ ਹਲਵਾਈ ਦੇ ਕੋਲੋਂ ਜਿਹੜੇ ਲੱਡੂ ਲੈ ਕੇ ਪੈਸੇ ਨਹੀਂ ਦਿੱਤੇ ਗਏ ਉਹਦਾ ਕੋਈ ਜਵਾਬ ਨਹੀਂ ਸੀ, ਕਿਉਂਕਿ ਦੁਕਾਨਦਾਰ ਲਗਭਗ 2.5 ਲੱਖ ਰੁਪਏ ਦੇ ਪੈਸੇ ਮੰਗ ਰਿਹਾ ਸੀ, ਜਵਾਬ ਮੰਗ ਰਿਹਾ ਸੀ ਕਿ ਲੱਡੂ ਲੈ ਗਏ, ਲੱਡੂ ਖਾ ਕੇ ਤੁਰਦੇ ਬਣੇ ਤੁਸੀਂ, ਲੱਡੂਆਂ ਦੇ ਪੈਸੇ ਦਿਓ। ਪਰ ਉਹ ਦੁਕਾਨਦਾਰ ਉੱਚੀ ਉੱਚੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਸਵਾਲ ਕਰੀ ਜਾ ਰਿਹਾ ਸੀ, ਪਰ ਜਵਾਬ ਕੌਣ ਦੇਵੇ। ਸ਼ਹਿਰ ਦੇ ਲੋਕ, ਉੱਥੋਂ ਦਾ ਹਾਜ਼ਰ ਮੀਡੀਆ ਹੀ ਹਰਕਤ 'ਚ ਨਹੀਂ ਆਇਆ, ਸਗੋਂ ਸਮੁੱਚਾ ਪੁਲਿਸ ਪ੍ਰਸ਼ਾਸਨ ਵੀ ਉਹਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਇਹ ਬੋਰਡ ਦੇਖ ਕੇ, ਇਹ ਵਿਰੋਧ ਦੇਖ ਕੇ। ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਜਿਉਂ ਹੀ ਰੇਲਵੇ ਸਟੇਸ਼ਨ ਤੋਂ ਹੁੰਦੀ ਹੋਈ ਹੰਡਿਆਇਆ ਵੱਲ ਹੋਈ ਤਾਂ ਸ਼ਹਿਰੀ ਬਸਿੰਦੇ ਇਸ ਗੱਲ ਨੂੰ ਲੈ ਕੇ ਹਾਸਾ ਠੱਠਾ ਕਰਨ ਲੱਗੇ ਕਿ ਨੇਤਾ ਜੀ ਲੱਡੂ ਖਾ ਕੇ ਤੁਰਦੇ ਬਣੇ ਪਰ 2.5 ਲੱਖ ਦਾ ਹਿਸਾਬ ਨਹੀਂ ਉਹ ਕੀਤਾ। ਅਤੇ ਹੁਣ ਗੱਲ ਕਰਦੇ ਹਾਂ ਕੇਜਰੀਵਾਲ ਦੀ। ਅੱਜ ਦਾ ਦਿਨ ਆਮ ਆਦਮੀ ਪਾਰਟੀ ਵਾਸਤੇ ਵੱਡਾ ਹੋ ਸਕਦਾ, ਗੱਲ ਆਰ ਜਾਂ ਪਾਰ ਦੀ ਹੈ ਕਿ ਜ਼ਮਾਨਤ ਮਿਲਜੂ ਜਾਂ ਨਹੀਂ। ਅਸਲ ਦੇ ਵਿੱਚ ED ਨੇ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਅਤੇ ਸੁਪਰੀਮ ਕੋਰਟ ਦੇ ਵਿੱਚ ਇੱਕ ਹਲਫ਼ਨਾਮਾ ਵੀ ਦਾਇਰ ਕਰ ਦਿੱਤਾ। ED ਨੇ ਆਪਣੇ ਹਲਫ਼ਨਾਮੇ ਦੇ ਵਿੱਚ ਲਿਖਿਆ ਕਿ ਚੋਣ ਪ੍ਰਚਾਰ ਕਰਨਾ ਕੋਈ ਮੌਲਿਕ ਅਧਿਕਾਰ ਨਹੀਂ,
ਚੋਣ ਪ੍ਰਚਾਰ ਕਰਨਾ ਸੰਵਿਧਾਨਕ ਅਧਿਕਾਰ ਵੀ ਨਹੀਂ ਅਤੇ ਨਾ ਹੀ ਇਹ ਕਾਨੂੰਨੀ ਅਧਿਕਾਰ ਹੈ। ਜੇਕਰ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਗਈ ਤਾਂ ਇਹ ਰਵਾਇਤ ਗਲਤ ਸ਼ੁਰੂ ਹੋ ਜਾਣੀ ਹੈ। ਦੱਸਣਾ ਬਣਦਾ ਕਿ ਸੁਪਰੀਮ ਕੋਰਟ ਨੇ ਦਿੱਲੀ ਸ਼ਰਾਬ ਘੁਟਾਲੇ ਵਿੱਚ ਮਨੀ ਲੌਂਡਰਿੰਗ ਮਾਮਲੇ ਵਿੱਚ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਜਿਹੜੀ ਪਟੀਸ਼ਨ ਦਾਇਰ ਕੀਤੀ ਹੋਈ ਸੀ ਉਹਦੇ 'ਤੇ ਸੁਣਵਾਈ ਕੀਤੀ ਹੈ। ਗ੍ਰਿਫਤਾਰੀ ਦੇ ਖਿਲਾਫ ਕੇਜਰੀਵਾਲ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੇ ਬੈਂਚ ਦੀ ਅਗਵਾਈ ਕਰਨ ਵਾਲੇ ਜਸਟਿਸ ਸੰਜੀਵ ਖੰਨਾ ਅਤੇ ਦੀਪਾਂਕਰ ਦੱਤਾ ਨੇ ਵੀਰਵਾਰ ਵਾਲੇ ਦਿਨ ਕਿਹਾ ਸੀ ਕਿ ਉਹ ਸ਼ੁੱਕਰਵਾਰ ਨੂੰ ਅੰਤਰਿਮ ਜ਼ਮਾਨਤ 'ਤੇ ਫੈਸਲਾ ਸੁਣਾਉਣਗੇ। ਅਤੇ ਪਿਛਲੀ ਸੁਣਵਾਈ ਦੇ ਵਿੱਚ ਅਦਾਲਤ ਨੇ ਪੁੱਛਿਆ ਸੀ ਕਿ ਸ਼ੁਰੂਆਤੀ ਜਾਂਚ ਅਤੇ ਪੁੱਛਗਿੱਛ ਦੇ ਦੌਰਾਨ ਦਰਜ ਕੀਤੇ ਗਏ ਮੁਲਜ਼ਮਾਂ ਦੇ ਬਿਆਨਾਂ 'ਚ ਈਡੀ ਨੇ ਕੇਜਰੀਵਾਲ ਨਾਲ ਜੁੜੇ ਸਵਾਲ ਕਿਉਂ ਨਾ ਪੁੱਛੇ, ਫਿਰ ਇਸ ਜਾਂਚ ਨੂੰ 2 ਸਾਲ ਕਿਉਂ ਲੱਗੇ, ਇੰਨਾ ਸਮਾਂ ਕਿਉਂ ਲਾਇਆ ਗਿਆ। ਇਹਦੇ ਤੋਂ ਇਲਾਵਾ ਅਦਾਲਤ ਨੇ ਈਡੀ ਨੂੰ ਕੇਸ ਦੀ ਕੇਸ ਡਾਇਰੀ ਅਤੇ ਦਸਤਾਵੇਜ਼ ਪੇਸ਼ ਕਰਨ ਵਾਸਤੇ ਵੀ ਆਖਿਆ ਸੀ। ਨਾਲ ਇਹ ਵੀ ਪੁੱਛਿਆ ਸੀ ਕਿ ਚੋਣਾਂ ਤੋਂ ਐਨ ਪਹਿਲਾਂ ਹੀ ਕੇਜਰੀਵਾਲ ਦੀ ਗ੍ਰਿਫਤਾਰੀ ਕਿਉਂ ਕੀਤੀ। ਸੁਣਵਾਈ ਦੇ ਅਖੀਰ 'ਚ ਅਦਾਲਤ ਨੇ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ 'ਤੇ ਕੋਈ ਹੁਕਮ ਜਾਰੀ ਨਹੀਂ ਸੀ ਕੀਤਾ। ਕੇਜਰੀਵਾਲ ਦਿੱਲੀ ਆਬਕਾਰੀ ਨੀਤੀ ਘੁਟਾਲੇ ਦੇ ਵਿੱਚ ਮਨੀ ਲੌਂਡਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਵਕਤ ਜੇਲ੍ਹ 'ਚ ਬੰਦ ਹੈ। ਈਡੀ ਨੇ ਕੇਜਰੀਵਾਲ ਨੂੰ 21 ਮਾਰਚ ਨੂੰ ਉਸ ਵਕਤ ਗ੍ਰਿਫਤਾਰ ਕੀਤਾ ਸੀ ਜਦੋਂ ਉਹ 9 ਵਾਰ ਸੰਮਨ ਭੇਜੇ ਜਾਣ ਤੋਂ ਬਾਅਦ ਵੀ ਪੁੱਛਗਿੱਛ ਵਿੱਚ ਸ਼ਾਮਲ ਨਹੀਂ ਸੀ ਹੋਏ। ਕੇਜਰੀਵਾਲ ਨੇ ਗ੍ਰਿਫਤਾਰੀ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੋਈ ਹੈ ਅਤੇ ਦਿੱਲੀ ਹਾਈ ਕੋਰਟ ਨੇ ਉਹਨਾਂ ਨੇ ਜਿਹੜੀ ਚੁਣੌਤੀ ਦਿੱਤੀ ਸੀ ਉਹਨੂੰ ਨਹੀਂ ਸੀ ਮੰਨਿਆ। ਅਤੇ ਹੁਣ ਗੱਲ ਕਰਦੇ ਹਾਂ ਚਰਨਜੀਤ ਸਿੰਘ ਚੰਨੀ ਵੱਲੋਂ ਭਾਜਪਾ ਅਤੇ ਭਾਜਪਾ ਆਗੂਆਂ 'ਤੇ ਤਿੱਖੇ ਨਿਸ਼ਾਨੇ। ਅਸਲ ਦੇ ਵਿੱਚ ਬੀਤੇ ਕਈ ਦਿਨ ਤੋਂ ਅਰਵਿੰਦ ਕੇਜਰੀਵਾਲ ਦਾ ਬਿਆਨ ਕਿ ਇਹ ਭਾਜਪਾ ਦਾ ਸਟੰਟ ਹੈ ਜਿਹੜਾ ਪੁੰਛ ਵਿੱਚ ਹਮਲਾ ਹੋਇਆ ਸੀ, ਉੱਧਰੋਂ ਪ੍ਰਧਾਨ ਮੰਤਰੀ ਦਾ ਵੀ ਪਲਟਵਾਰ ਅਤੇ ਉੱਧਰੋਂ ਫਿਰ ਕਦੇ ਆਪਣੇ ਬਿਆਨ ਨੂੰ ਤੋੜ ਮਰੋੜ ਕੇ ਕਹਿਣਾ ਕਿ ਪੇਸ਼ ਕਰ ਦਿੱਤਾ ਗਿਆ ਅਤੇ ਕਦੇ ਕਹਿਣਾ ਕਿ ਨਹੀਂ ਜੀ ਆਜ਼ਾਦੀ ਦਿਵਾਉਣ ਵਾਲੀ ਹੀ ਕਾਂਗਰਸ ਪਾਰਟੀ ਹੈ। ਇਸ ਕਰਕੇ ਲਗਾਤਾਰ ਚਰਨਜੀਤ ਸਿੰਘ ਚੰਨੀ ਭਾਜਪਾ 'ਤੇ ਨਿਸ਼ਾਨੇ ਬਿੰਨ ਰਹੇ ਨੇ। ਹੁਣ ਜਲੰਧਰ ਦੇ ਭਾਰਗਵ ਕੈਂਪ ਤੋਂ ਸਿਟੀ ਪੁਲਿਸ ਨੇ 3 ਸਮਗਲਰਾਂ ਨੂੰ 1 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਸੀ। ਇਸ ਮਸਲੇ 'ਤੇ ਹੁਣ ਸਿਆਸਤ ਗਰਮਾਈ ਹੈ। ਚਰਨਜੀਤ ਸਿੰਘ ਚੰਨੀ ਜਿਹੜੇ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਨੇ, ਉਹਨਾਂ ਨੇ ਫੜੇ ਗਏ ਸਮਗਲਰ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਮੁਲਜ਼ਮ ਤਸਕਰ ਸ਼ੀਤਲ ਅੰਗੁਰਾਲ ਉਹਨਾਂ ਦੇ ਭਰਾ ਦੇ ਨਾਲ ਖੜ੍ਹਾ ਹੈ ਅਤੇ ਉਹਦੀ ਫੋਟੋ ਖਿੱਚ ਰਿਹਾ। ਇਹਦੀ ਫੋਟੋ ਸ਼ੇਅਰ ਕਰਕੇ ਚੰਨੀ ਨੇ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਅਤੇ ਸ਼ੀਤਲ ਉਂਗਰਾਲ 'ਤੇ ਸਵਾਲ ਖੜ੍ਹੇ ਕਰ ਦਿੱਤੇ ਹੈ। ਚੰਨੀ ਨੇ ਕਿਹਾ ਕਿ ਭਾਜਪਾ ਲੀਡਰਾਂ ਦੇ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਨੇ ਅਤੇ ਉਹ ਦੂਸਰੀਆਂ ਪਾਰਟੀਆਂ ਨੂੰ ਮਾੜਾ ਆਖ ਰਹੇ ਨੇ। ਫੜੇ ਗਏ ਨਸ਼ਾ ਤਸਕਰਾਂ ਦੀ ਪਛਾਣ ਵਰਿੰਦਰ ਕੁਮਾਰ ਉਰਫ ਮੌਲਾ, ਉਹਦੇ ਭਰਾ ਜਤਿੰਦਰ ਕੁਮਾਰ ਉਰਫ ਜਿੰਦਰ ਅਤੇ ਰੋਹਿਤ ਕੁਮਾਰ ਉਰਫ ਕਾਕਾ ਵਜੋਂ ਕੀਤੀ ਗਈ ਸੀ। ਇਸ ਸੰਬੰਧੀ EDCP ਅਦਿੱਤਿਆ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਉਸ ਜਗ੍ਹਾ 'ਤੇ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਵੇਚੇ ਜਾ ਰਹੇ ਹੈ। ਮੁਲਜ਼ਮ ਆਪਣੇ ਘਰ ਵਿੱਚ ਨੇ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਸੀ। 4 ਥਾਣਿਆਂ ਦੀ ਪੁਲਿਸ ਇਕੱਠੀ ਉੱਥੇ ਪਹੁੰਚੀ ਸੀ। ਪੁਲਿਸ ਨੇ ਇਲਾਕੇ ਨੂੰ ਚਾਰੇ ਪਾਸਿਓਂ ਭਾਵ ਚਫੇਰਿਓਂ ਘੇਰ ਲਿਆ ਸੀ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਸੀ ਅਤੇ ਪੁਲਿਸ ਨੇ ਜਲਦੀ ਸਾਰਿਆਂ ਦੇ ਖਿਲਾਫ NDPS ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਫਿਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਅਤੇ ਹੁਣ ਚਰਨਜੀਤ ਚੰਨੀ ਨੇ ਹੁਣ ਸ਼ੀਤਲ ਉਂਗਰਾਲ ਅਤੇ ਸੁਸ਼ੀਲ ਰਿੰਕੂ ਦੇ ਉੱਤੇ, ਖਾਸ ਕਰਕੇ ਭਾਜਪਾ ਦੇ ਉੱਤੇ ਇਸ ਮਸਲੇ ਨੂੰ ਆਧਾਰ ਬਣਾ ਕੇ ਨਿਸ਼ਾਨੇ ਬਿੰਨੇ ਨੇ। ਅਤੇ ਹੁਣ ਗੱਲ ਕਰਦੇ ਹਾਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ
ਅਤੇ ਉਹਨਾਂ ਦੇ ਬਿਆਨ ਤੇ ਵਿਵਾਦ। ਅਸਲ ਦੇ ਵਿੱਚ ਉਹਨਾਂ ਦਾ 2 ਦਿਨ ਪਹਿਲਾਂ ਇੱਕ ਬਿਆਨ ਆਇਆ ਸੀ ਕਿ ਹਰੇਕ ਸਿੱਖ ਨੂੰ ਘੱਟੋ ਘੱਟ 5-5 ਬੱਚੇ ਪੈਦਾ ਕਰਨੇ ਚਾਹੀਦੇ ਹੈ। ਇਹਦਾ ਗਰੇਵਾਲ ਸਾਹਿਬ SGPC ਵਾਲਿਆਂ ਨੂੰ ਸਮਰਥਨ ਕਰ ਦਿੱਤਾ ਸੀ। ਇਹਦੇ ਉੱਤੇ ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਬਿਆਨ ਦਿੱਤਾ ਅਤੇ ਅਸਲ ਦੇ ਵਿੱਚ ਧੁੰਮਾ ਦੇ ਇਸ ਬਿਆਨ ਦਾ ਗੰਭੀਰ ਨੋਟਿਸ ਲੈ ਲਿਆ ਅਤੇ ਨਾਲ 2 ਟੁੱਕ ਆਖਿਆ ਵੀ ਹੈ ਕਿ ਔਰਤ ਕੋਈ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਨਹੀਂ, ਕਿ ਇੱਕ ਆਦਮੀ ਦੀ ਮਰਜ਼ੀ ਹੈ ਕਿ ਉਹ 5 ਬੱਚੇ ਪੈਦਾ ਕਰੇ ਹੀ ਕਰੇ, ਔਰਤ ਦੀ ਮਰਜ਼ੀ ਬਗੈਰ ਕੁਝ ਨਹੀਂ ਹੋ ਸਕਦਾ, ਉਹ 5 ਬੱਚੇ ਕਿਉਂ ਪੈਦਾ ਕਰੇ। ਅਸਲ ਦੇ ਵਿੱਚ ਧੁੰਮਾ ਨੇ ਕਿਹਾ ਸੀ ਕਿ ਹਰੇਕ ਸਿੱਖ ਪਰਿਵਾਰ ਘੱਟੋ ਘੱਟ 5 ਬੱਚੇ ਪੈਦਾ ਕਰੇ, ਜੇ ਪਰਿਵਾਰ ਉਹਨਾਂ ਦਾ ਪਾਲਣ ਪੋਸ਼ਣ ਕਰਨ ਵਿੱਚ ਅਸਮਰੱਥ ਹੋਵੇਗਾ ਤਾਂ ਉਹ ਪਰਿਵਾਰ 1 ਬੱਚਾ ਆਪਣੇ ਕੋਲ ਰੱਖ ਲਏ ਅਤੇ ਬਾਕੀ 4 ਬੱਚੇ ਉਹਨਾਂ ਹਵਾਲੇ ਕਰ ਦੇਵੇ, ਉਹ ਉਹਨਾਂ ਦੀ ਪਾਲਣ ਪੋਸ਼ਣ ਵੀ ਕਰਨਗੇ। ਉਹਨਾਂ ਨੇ ਆਖਿਆ ਸੀ ਕਿ ਉਹਨਾਂ ਬੱਚਿਆਂ ਨੂੰ ਗੁਰਮਤ ਸਿੱਖਿਆ ਦਿੱਤੀ ਜਾਏਗੀ ਅਤੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਗੁਰੂਮਤ ਦੀ ਸਿੱਖਿਆ ਦੇ ਕੇ ਕਿਸੇ ਤਖ਼ਤ ਦਾ ਜਥੇਦਾਰ, ਗ੍ਰੰਥੀ ਜਾਂ ਵਿਦਵਾਨ ਬਣਾਇਆ ਜਾਏਗਾ, ਉਹਨਾਂ ਨੂੰ ਦੇਸ਼ ਵਿਦੇਸ਼ ਵਿੱਚ ਵੀ ਪਛਾਣ ਦਵਾਈ ਜਾਏਗੀ। ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਬੱਚਿਆਂ ਦੀ ਗਿਣਤੀ ਨੂੰ ਸੀਮਿਤ ਨਹੀਂ ਕਰਨਾ ਚਾਹੀਦਾ। ਪੰਜਾਬ ਦੇ ਵਿੱਚ ਸਿੱਖ ਆਬਾਦੀ ਕੇਵਲ 52% ਰਹਿ ਗਈ ਹੈ, ਬਾਕੀ ਆਬਾਦੀ ਪ੍ਰਵਾਸੀਆਂ ਦੀ ਹੈ ਅਤੇ ਆਉਣ ਵਾਲੇ ਸਮੇਂ 'ਚ ਸਿੱਖ ਕੌਮ ਪੰਜਾਬ ਵਿੱਚ ਘੱਟ ਗਿਣਤੀ ਹੋ ਜਾਏਗੀ। ਹੁਣ ਇਹਦੇ ਨਾਲ ਹੀ ਇੱਥੇ ਟਿੱਪਣੀ ਵੀ ਕਰਨੀ ਬਣਦੀ ਹੈ ਕਿ ਜਿਨ੍ਹਾਂ ਦੇ ਅੱਜ ਜ਼ਿਆਦਾ ਬੱਚੇ ਹੈ, ਪਹਿਲੀ ਗੱਲ ਤਾਂ ਉਹ ਦੇਊਗਾ ਨਹੀਂ ਕਿਸੇ ਨੂੰ। ਜੇ ਅੱਜ ਤੱਕ ਧੁੰਮਾ ਸਾਹਿਬ ਇਸ ਤਰ੍ਹਾਂ ਦੇ ਕਿਸੇ ਪਰਿਵਾਰ ਨੂੰ ਭਾਵੇਂ ਨਾ ਲੈ ਕੇ ਆਏ ਹੋਣ ਤਾਂ 10 ਦਿਨ ਕੁ ਕਿੰਨਿਆਂ ਕੁ ਦਾ ਪਾਲਣ ਪੋਸ਼ਣ ਕਰ ਰਹੇ ਨੇ, ਕਿੰਨੇ ਕੁ ਗਰੀਬ ਪਰਿਵਾਰਾਂ ਦੀ ਬਾਂਹ ਫੜੀ ਹੋਈ ਹੈ। ਅਤੇ ਧੁੰਮਾ ਦੇ ਇਸ ਬਿਆਨ 'ਤੇ ਫਿਰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਉਹਨਾਂ ਨੇ ਪਲਟਵਾਰ ਕੀਤਾ ਕਿ ਕੋਈ ਵੀ ਔਰਤ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਨਹੀਂ ਹੈ। ਇਹੀ ਨਹੀਂ, ਜਿਸ ਪਰਿਵਾਰ ਨੇ ਬੱਚੇ ਪੈਦਾ ਕੀਤੇ ਹੈ ਉਹ ਉਹਨਾਂ ਦੀ ਦੇਖਭਾਲ ਵੀ ਕਰ ਸਕਦੇ ਹੈ। ਉਹਨਾਂ ਇਹ ਵੀ ਆਖਿਆ ਕਿ ਸਮੱਸਿਆਵਾਂ ਜ਼ਿਆਦਾ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ 'ਚ ਸਮੱਸਿਆਵਾਂ 'ਚੋਂ ਨਹੀਂ, ਬਲਕਿ ਚਿੰਤਾ ਇਸ ਗੱਲ ਦੀ ਹੈ ਕਿ ਬੱਚੇ ਵਿਦੇਸ਼ ਨੂੰ ਹਿਜਰਤ ਕਿਉਂ ਕਰ ਰਹੇ ਨੇ। ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਚਾਹੀਦਾ ਕਿ ਉਹ ਦੇਸ਼ ਦੇ ਵਿੱਚ ਹੀ ਬੱਚਿਆਂ ਨੂੰ ਅਜਿਹੀ ਸਿੱਖਿਆ ਦਿਵਾਉਣ ਕਿ ਜਿਹਦੀ ਪੰਜਾਬ ਦੇ ਵਿੱਚ ਕਾਬਲ ਵਿਦਿਆਰਥੀਆਂ ਦੇ ਵਾਸਤੇ ਅੱਜ ਵੀ ਨੌਕਰੀਆਂ ਦੀ ਕੋਈ ਕਮੀ ਨਹੀਂ। ਇਹ ਗੱਲ ਮੰਨਣੀ ਪਊਗੀ ਕਿ ਜਿਹੜੇ ਬੱਚੇ ਰੌਸ਼ਨ ਦਿਮਾਗ ਨੇ, ਚੰਗੇ ਨੰਬਰ ਲੈ ਕੇ ਆਉਂਦੇ ਆ, ਉਹ ਦੁਨੀਆ ਦੇ ਹਰ ਕੋਨੇ 'ਚ ਕਾਮਯਾਬ ਨੇ। ਅਤੇ ਹੁਣ ਗੱਲ ਕਰਦੇ ਹਾਂ ਇੱਕ ਕਲਯੁਗੀ ਪੁੱਤਰ ਜਿਸ ਨੇ ਜਨਮ ਦੇਣ ਵਾਲੀ ਮਾਂ ਦਾ ਕਤਲ ਕੀਤਾ। ਪੁਲਿਸ ਥਾਣਾ ਮਮਦੋਟ ਦੇ ਅਧੀਨ ਆਉਂਦੀ ਹੈ ਬਸਤੀ ਕਸ਼ਮੀਰ ਸਿੰਘ ਵਾਲੀ, ਦਾਖਲੀ ਮਮਦੋਟ ਹਿਠਾੜ। ਉੱਥੋਂ ਖਬਰ ਮਿਲੀ ਹੈ ਕਿ ਇੱਕ ਪੁੱਤਰ ਨੇ ਇਨਵਰਟਰ ਦਾ ਇੱਕ ਮਾਮਲਾ ਬਣਾ ਕੇ ਇੱਕ ਮਾਮੂਲੀ ਜਿਹੇ ਝਗੜੇ ਦੇ ਕਾਰਨ ਆਪਣੀ ਮਾਂ ਦੇ ਸਿਰ 'ਚ ਇੱਟ ਮਾਰ ਕੇ ਉਹਦਾ ਕਤਲ ਕਰ ਦਿੱਤਾ। ਪੁਲਿਸ ਨੂੰ ਜਿਹੜੇ ਬਿਆਨ ਦਿੱਤੇ ਗਏ ਨੇ ਉਹਦੇ ਵਿੱਚ ਰਾਜਕੁਮਾਰ ਪੁੱਤਰ ਦਰਸ਼ਨ ਸਿੰਘ ਵਾਸੀ ਬਸਤੀ ਕਸ਼ਮੀਰ ਸਿੰਘ ਵਾਲੀ, ਜ਼ਿਲ੍ਹਾ ਫਿਰੋਜ਼ਪੁਰ, ਉਹਨੇ ਦੱਸਿਆ ਕਿ ਉਹ ਅਪਾਹਜ ਹੈ ਅਤੇ ਪਿੰਡ ਵਿੱਚ ਟੇਲਰ ਮਾਸਟਰ ਦਾ ਉਹ ਕੰਮ ਕਰਦਾ। 4 ਭਰਾ ਨੇ ਉਹ ਅਤੇ ਉਹਦੇ ਪਿਤਾ ਦਰਸ਼ਨ ਸਿੰਘ ਦੀ ਲਗਭਗ 15-16 ਸਾਲ ਪਹਿਲਾਂ ਮੌਤ ਹੋ ਗਈ ਸੀ। ਉਹਨਾਂ ਇਹ ਵੀ ਦੱਸਿਆ ਕਿ ਘਰ ਦੇ ਵਿੱਚ ਉਹ, ਉਸਦੀ ਮਾਤਾ ਪਿਆਰੋ ਬਾਈ ਅਤੇ ਭਰਾ ਅਮਰਜੀਤ ਸਿੰਘ ਇਕੱਠੇ ਰਹਿੰਦੇ ਹੈ, ਜਦਕਿ ਉਹਦੇ 2 ਹੋਰ ਭਰਾ ਸੁਖਚੈਨ ਸਿੰਘ ਅਤੇ ਬਲਵਿੰਦਰ ਸਿੰਘ ਉਹਨਾਂ ਤੋਂ ਵੱਖਰੇ ਆਪੋ ਆਪਣੇ ਘਰਾਂ 'ਚ ਰਹਿੰਦੇ ਹੈ। ਉਹਨਾਂ ਦੱਸਿਆ ਕਿ ਉਹਦੇ ਭਰਾ ਅਮਰਜੀਤ ਸਿੰਘ ਦਾ 3 ਸਾਲ ਪਹਿਲਾਂ ਤਲਾਕ ਹੋ ਗਿਆ ਸੀ, ਇਸ ਕਰਕੇ ਦੋਵਾਂ ਭਰਾਵਾਂ ਦੀ ਰੋਟੀ ਉਹਨਾਂ ਦੀ ਮਾਤਾ ਪਿਆਰੋ ਬਾਈ ਹੀ ਬਣਾਉਂਦੀ ਸੀ। ਜਾਣਕਾਰੀ ਦੇ ਅਨੁਸਾਰ 8 ਮਈ 2024 ਦੀ ਰਾਤ ਦੇ ਲਗਭਗ 9:30 ਵਜੇ ਸੀ ਅਤੇ ਉਹਦੀ ਮਾਤਾ ਉਹਨਾਂ ਨੂੰ ਰੋਟੀ ਦੇ ਰਹੀ ਸੀ।
ਇਹਨੇ ਨੂੰ ਉਹਦਾ ਦੂਸਰਾ ਭਰਾ ਅਮਰਜੀਤ ਸਿੰਘ ਜਦੋਂ ਕੰਮ ਤੋਂ ਘਰ ਆਇਆ ਤਾਂ ਉਹ ਉਹਦੀ ਮਾਤਾ ਨੂੰ ਕਹਿਣ ਲੱਗਿਆ ਕਿ ਤੁਸੀਂ ਘਰ ਦੇ ਵਿੱਚ ਮੈਨੂੰ ਬਗੈਰ ਪੁੱਛੇ ਇਨਵਰਟਰ ਕਿਵੇਂ ਲਾ ਲਿਆ, ਦੱਸੋ ਕਿਉਂ ਲਾਇਆ। ਇਹ ਕਹਿ ਕੇ ਉਹ ਕਹਿੰਦਾ ਆਪਣੀ ਮਾਂ ਦੇ ਨਾਲ ਲੜਨ ਲੱਗ ਪਿਆ, ਝਗੜਨ ਲੱਗ ਪਿਆ ਅਤੇ ਹੱਥੋਂ ਪਾਈ ਅਤੇ ਉਤਰਿਆ ਆ। ਇਸੇ ਦੌਰਾਨ ਉਹਦੀ ਮਾਂ ਬਚ ਬਚਾ ਕਰ ਲਈ ਗੁਆਂਢੀ ਨੂੰ ਬੁਲਾਉਣ ਵਾਸਤੇ ਘਰੋਂ ਦੌੜਨ ਲੱਗੀ ਤਾਂ ਉਹਦਾ ਭਰਾ ਗੁੱਸੇ ਵਿੱਚ ਅੰਨਾ ਹੋਇਆ ਪਿਆ ਸੀ। ਉਹਨੇ ਨੇੜੇ ਪਈ ਇੱਕ ਇੱਟ ਚੁੱਕੀ ਅਤੇ ਆਪਣੀ ਮਾਂ ਦੇ ਸਿਰ 'ਚ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋਈ, ਧੜੰਮ ਕਰਕੇ ਜ਼ਮੀਨ 'ਤੇ ਡਿੱਗੀ। ਜਦੋਂ ਜਾ ਕੇ ਦੇਖਿਆ ਤਾਂ ਉਹਦੀ ਮੌਤ ਹੋ ਗਈ। ਇਹਦੇ ਤੋਂ ਬਾਅਦ ਉਹ ਕਹਿੰਦਾ ਮੇਰਾ ਭਰਾ ਮੌਕੇ ਤੋਂ ਫਰਾਰ ਹੈ। ਉਹਨੇ ਫਿਰ ਪੁਲਿਸ ਨੂੰ 112 ਨੰਬਰ 'ਤੇ ਫੋਨ ਕੀਤਾ, ਸ਼ਿਕਾਇਤ ਕਹਿੰਦਾ ਮੈਂ ਦਰਜ ਕਰਵਾ ਦਿੱਤੀ ਹੈ ਅਤੇ ਇਹਦੇ ਉੱਤੇ ਕਾਰਵਾਈ ਕਰਦਿਆਂ ਜਾਂਚ ਅਧਿਕਾਰੀ ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪੁੱਤਰ ਰਾਜ ਕੁਮਾਰ ਦੇ ਬਿਆਨਾਂ ਤੋਂ ਆਧਾਰ ਬਣਾ ਲਿਆ ਗਿਆ ਅਤੇ ਅਮਰਜੀਤ ਸਿੰਘ ਦੇ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਅਤੇ ਉਹਦੀ ਇਸ ਵਕਤ ਤਲਾਸ਼ ਕੀਤੀ ਜਾ ਰਹੀ ਹੈ। ਅਤੇ ਹੁਣ ਕਿਸਾਨੀ ਸੰਘਰਸ਼ ਵਾਲੇ ਪਾਸੇ ਦੀ ਖਬਰ ਹੈ, ਖਨੌਰੀ ਸਰਹੱਦ ਵਾਲੇ ਪਾਸੇ ਦੀ ਖਬਰ ਹੈ ਜੀ। ਖਬਰ ਮੰਦਭਾਗੀ ਹੈ। ਜਾਣਕਾਰੀ ਮਿਲ ਰਹੀ ਹੈ ਕਿ ਖਨੌਰੀ ਬਾਰਡਰ 'ਤੇ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਉਸ ਅੰਦੋਲਨ ਦੇ ਵਿੱਚ ਯੋਗਦਾਨ ਪਾਉਣ ਜਾ ਰਹੀ ਸੀ ਇੱਕ ਔਰਤ ਅਤੇ ਰੇਲ ਹਾਦਸੇ ਦੇ ਵਿੱਚ ਉਹਦੀ ਮੌਤ ਹੋ ਗਈ ਹੈ ਅਤੇ ਇਹ ਔਰਤ ਫਰੀਦਕੋਟ ਜ਼ਿਲ੍ਹੇ ਤੋਂ ਖਨੌਰੀ ਜਾ ਰਹੀ ਸੀ ਅਤੇ ਖਨੌਰੀ ਨੇੜੇ ਦਾਰੋਦੀ ਰੇਲਵੇ ਸਟੇਸ਼ਨ 'ਤੇ ਇਹ ਹਾਦਸਾ ਵਾਪਰਿਆ। ਜਾਣਕਾਰੀ ਦੇ ਅਨੁਸਾਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਲੇਰ ਦੀ 61 ਵਰਿਆਂ ਦੀ ਔਰਤ ਸੁਖਮਿੰਦਰ ਕੌਰ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਵਾਸਤੇ ਫਰੀਦਕੋਟ ਸਟੇਸ਼ਨ ਤੋਂ ਰੇਲ ਗੱਡੀ ਰਾਹੀਂ ਖਨੌਰੀ ਵੱਲ ਜਾ ਰਹੀ ਸੀ। ਖਨੌਰੀ ਬਾਰਡਰ ਦੇ ਨੇੜੇ ਦਾਰੋਦੀ ਰੇਲਵੇ ਸਟੇਸ਼ਨ ਤੋਂ ਰੇਲ ਤੋਂ ਜਦੋਂ ਉਹ ਉਤਰਨ ਲੱਗੀ ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਈ। ਉਹਨੂੰ ਜ਼ਖਮੀ ਹਾਲਤ ਵਿੱਚ ਨਰਵਾਣਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸਦੀ ਮੌਤ ਹੋ ਗਈ। ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।